ਅੱਖਾਂ। ਲੋ ਜੀ ਹੁਣ ਵਿਆਹ ਦਾ ਸਵਾਦ ਆ ਜਾਣਾ ਕਿਉਂਕਿ ਕੁੜੀ ਦੀ ਨਾਨੀ ਵੀ ਆ ਗਈ ਆ। ਤੇਰਾ ਬੇੜਾ ਤਰ ਜਾਓ, ਤੁਸੀਂ ਕੀ ਵੇਖ ਰਹੇ ਹੋ? ਚੱਲ ਮੇਰੇ ਬਾਦਸ਼ਾਹ। ਗੱਲ ਸੁਣੋ, ਵੈਸੇ ਨੈਣ ਹੈ ਤਾਂ ਪਟੋਲਾ, ਜੇ ਫਸਦੀ ਹੋ ਨਾ ਫਸਾ ਲੈ। ਉਹ ਅਪਾਈ ਤੇਰੇ ਸਿਆਸੀ ਹਰੀਫ ਸਲੀਮ ਦੀਵੇ ਦੀ ਧੀ ਹੈ। ਓਏ ਸ਼ਾਕੀ, ਓਏ ਉਹ ਦਿਲੋਂ ਨਹੀਂ ਨਿਕਲਦੀ, ਓਏ ਆ ਦਿਲੋਂ ਕੱਢਣਾ ਵੀ ਨਹੀਂ। ਅਸੀਂ ਸਾਰੇ ਯਾਰਾਂ ਨੇ ਮਿਲ ਕੇ ਤੈਨੂੰ ਤੇ ਭਾਬੀ ਨੂਰ ਨੂੰ ਮਿਲਵਾਉਣ ਦਾ ਪਲਾਨ ਕੀਤਾ। ਸੋਹਣੀਏ ਤੇਰੀ ਸਾਰੀ ਗਲੀਆਂ ਮੇਰੀ ਹੋ ਗਈਆਂ, ਸੋਹਣੀਏ ਮੇਰਾ ਘਰ ਤੇਰਾ ਹੋ ਗਿਆ। ਮੇਰੀ ਧੀ ਨੂੰ 50 ਲੱਖ ਰੁਪਇਆ ਹੱਕ ਮੈਰਿਜ ਦੇਗਾ, ਫੇਰ ਮੈਨੂੰ ਇਹ ਰਿਸ਼ਤਾ ਮਨਜ਼ੂਰ ਆ। ਸਭ ਮੈਨੂੰ ਮਨਜ਼ੂਰ ਆ। ਓਏ ਮੇਰੇ ਕੋਲ 50 ਰੁਪਈਏ ਨਹੀਂ, ਓਏ 50 ਲੱਖ ਮੈਂ ਤੇਰੀ ਮਾਂ ਦੇ ਗੁਰਦੇ ਵੇਚ ਕੇ ਲਿਆਵਾਂਗਾ। ਓਏ ਤੁਸੀਂ ਉੱਥੇ ਕੀ ਲੈਣ ਜਾਣਾ? ਇਹ ਗੱਲ ਮੈਂ ਤੁਹਾਨੂੰ ਕਿਉਂ ਦੱਸਾਂ ਕਿ ਮੈਂ ਕਾਲਾ ਬਿੱਛੂ ਲੱਭ ਕੇ ਵੇਚ ਕੇ ਆਪਣੇ ਮਾਮੇ ਦੀ ਕੁੜੀ ਨਾਲ ਸ਼ਾਦਾ ਖੜੋਆਂ ਨੇ। ਕਿਤੇ 2 ਕਰੋੜ ਦੀ ਡੀਲ ਕੈਂਸਲ ਨਾ ਕਰਾ ਦੀ। ਮੱਝ ਤੇ ਡੈਡੀ ਵੇਚਤੀ ਤੇ ਪੈਸੇ ਪੈਸੇ ਬਿੱਛੂ ਦੇ ਚੱਕਰ ਚ ਰੁੜ ਗਏ। ਰੁੜ ਗਏ ਹੈ? ਬਿੱਛੂ ਨਹਿਰ ਚ ਵੜੇ ਸੀ, ਨਾਲ ਹੀ ਰੁੜ ਗਏ। ਮੁੰਡਾ ਮੇਰੇ ਕੋ ਪਤਾ ਨੀ ਆਪਣੀ ਸੱਸ ਕਿਉਂ ਬਚਾਈ ਜਾਂਦੀ। ਉਹਨਾਂ ਦੇ ਡੇਰੇ ਤੇ ਸੰਡਾ ਹੈ ਨੀ ਸੀ, ਸੰਡਾ ਗਿਆ ਸੀ ਕਿਤੇ। ਸੰਡਾ ਕੀ? ਹਕੀਮ ਕੋਲ ਗਿਆ ਸੀ। ਕਮਾਲ ਆ ਵੀ ਡੈਡੀ,